ਹਾਂ ਜੀ, ਇਹ ਸਕੂਟਰ ਜਿਹੜੇ ਬਜਾਜ ਕੰਪਨੀ ਦੇ ਹੁੰਦੇ ਆ ਉਹਨਾਂ ਬਾਰੇ ਆਓ ਤੁਹਾਨੂੰ ਜਾਣਕਾਰੀ ਦੇਈਏ। ਇਹ ਇਹਦਾ ਇੰਜਣ ਦੇਖੋ ਵਿੱਚੋਂ ਇਸ ਤਰ੍ਹਾਂ ਹੁੰਦਾ, ਇਹਦੀਆਂ ਗਰਾਰੀਆਂ ਪਾਈਆਂ ਜਾ ਰਹੀਆਂ। ਗੇਅਰ ਬਾਰੇ ਜਾਣਕਾਰੀ ਦਿੰਦੇ, ਚਾਰ ਗੇਅਰ ਹੁੰਦੇ ਆ ਇਹਦੇ, ਅਤੇ ਗੇਅਰ ਦੀ ਆ ਦੂਸਰੇ ਦੀ ਸਾਰੀਆਂ ਗਰਾਰੀਆਂ ਚਾਹੀਦੀਆਂ। ਮਤਲਬ ਇਹਨੂੰ ਆ ਘੁਮਾਉਂਦਾ ਇਹਨੂੰ, ਤੇ ਇਹਨੂੰ ਅੱਗੇ ਇਹਦੇ ਨਾਲ ਟਾਇਰ ਲੱਗਿਆ ਹੁੰਦਾ। ਮਤਲਬ ਆਹ ਸਿਸਟਮ ਹੈ ਇਹਦਾ ਮੇਨ। ਠੀਕ ਠੀਕ ਹੈ। ਅਤੇ ਮੈਗਨੇਟ ਆ, ਹੈਡ ਹੈਗੀ ਆ ਨਾ, ਆ ਸਲੀਬ ਤੇ ਇੱਕ ਕਲਚ, ਕਲਚ ਟਾਪਾ ਲੈ ਕੇ ਨਾ, ਹਾਂ ਲਿਆ ਉਹ ਲੱਗੀ ਤੇ ਬਾਹਰ ਲਾ ਬੈਟਰੀ ਹੀ ਪਹਿਲਾਂ। ਹਾਂਜੀ, ਇਹ ਰੋਡ ਹੈ, ਇੱਥੇ ਪਿਸਟਨ ਹੁੰਦਾ ਤੇ ਇਹਨੂੰ ਮਤਲਬ ਇਸ ਤਰ੍ਹਾਂ ਘੁੰਮਦੀ ਆ, ਦੇਖੋ ਇਸ ਤਰ੍ਹਾਂ ਨਾਲ। ਇਹ ਅੱਗੇ ਇਹਨੂੰ ਘੁਮਾਉਂਦੀ ਆ ਰੈਚਡ ਨੂੰ, ਇਹਦੇ 'ਤੇ ਚਾਰ ਆ ਦੇਖੋ, ਚਾਰ ਗੇਅਰ ਹੁੰਦੀਆਂ ਇਹ ਗਰਾਰੀਆਂ, ਇਹ ਅੱਗੇ ਇਹਨੂੰ ਘੁਮਾਉਂਦੀਆਂ। ਇੱਥੇ ਫਿਰ ਇੱਥੇ ਗੇਅਰ ਡੱਬੀ ਕੰਮ ਕਰਦੀ ਹੈ, ਇੱਥੇ ਇਹਨੂੰ ਗਾਂਹ ਪਛਾਂਹ ਕਰਕੇ ਕ੍ਰੋਸ ਨੂੰ ਅਤੇ ਗੇਅਰ ਪੈਂਦਾ। ਸੋ ਇੰਨਾ ਕੀ ਆ ਬਸ, ਸਕੂਟਰ ਦੇ ਵਿੱਚ ਹੋਰ ਕੁਛ ਨਹੀਂ ਹੁੰਦਾ ਹੈਗਾ, ਇੰਨਾ ਕੀ ਇਹਦਾ ਮਕੈਨਿਜ਼ਮ। ਅਤੇ ਬਾਕੀ ਤਾਂ ਤੁਸੀਂ ਆਪ ਹੀ ਜਾਣਦੇ ਹੋ, ਹੋਰ ਤਾਂ ਇਹਦੇ ਵਿੱਚ ਕੋਈ ਖਾਸ ਹੁੰਦਾ ਨਹੀਂ ਸਕੂਟਰ ਦੇ। ਮੇਨ ਇੰਨੀ ਕੁ ਚੀਜ਼ ਹੀ ਹੈ। ਅਤੇ ਇਹ ਬਾਹਰਲਾ ਟਾਪਾ ਇਹਦਾ ਜਿਹੜਾ ਬਾਹਰ ਇੱਥੇ ਲੱਗਣਾ ਹੈਗਾ, ਇੱਥੇ ਲੱਗਣਾ ਟਾਪਾ, ਇਹ ਆਹ ਹੁੰਦਾ ਆ ਬਾਈ ਦੇ ਹੱਥ 'ਚ। ਬਸ ਆਹ ਬਸ ਬੋਲਟ ਦੀ ਜਾਣਕਾਰੀ ਕਰੀਏ ਤਾਂ